ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਅਸ਼ਟਪਦੀਆ ਮੁਹੱਲਾ ਪਹਿਲਾ ਕਰ ਪਹਿਲਾ ਰਾਗ ਸੂਹੀ ਕਰ ਪਹਿਲੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਅੱਠ ਬੰਦਾਂ ਵਾਲੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਮੇਰੇ ਅੰਦਰ ਸਾਰੇ ਔਗਣ ਹੀ ਹਨ ਗੁਣ ਇੱਕ ਵੀ ਨਹੀਂ ਇਸ ਹਾਲਤ ਵਿੱਚ ਮੈਨੂੰ ਖਸਮ ਪ੍ਰਭੂ ਦਾ ਮਿਲਾਪ ਕਿਵੇਂ ਹੋ ਸਕਦਾ ਹੈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਟੰਗ ਨਾ ਮੀਠੇ ਬੈਣਾ ਰਹਾਉ ਨਾ ਮੇਰੀ ਸੋਹਣੀ ਸ਼ਕਲ ਹੈ ਨਾ ਮੇਰੀਆਂ ਸੋਹਣੀਆਂ ਅੱਖਾਂ ਹਨ ਨਾ ਹੀ ਚੰਗੀ ਕੁਲ ਵਾਲਿਆਂ ਵਾਲਾ ਮੇਰਾ ਚੱਜ ਆਚਾਰ ਹੈ ਨਾ ਹੀ ਮੇਰੀ ਬੋਲੀ ਮਿੱਠੀ ਹੈ ਮੈਂ ਫਿਰ ਕਿਵੇਂ ਪਤੀ ਪ੍ਰਭੂ ਨੂੰ ਖੁਸ਼ ਕਰ ਸਕਾਂਗੀ ਰਹਾਉ ਸਹਿਜ ਜੀਗਾਰ ਕਾਮਣ ਕਰ ਆਵੇ ਤਾਂ ਸੋਹਾਗਣ ਜਾ ਕੰਤੇ ਪਾਵੇ ਜਿਹੜੀ ਜੀਵ ਇਸਤਰੀ ਅਡੋਲ ਆਤਮਕ ਅਵਸਥਾ ਵਿੱਚ ਟਿਕਦੀ ਹੈ ਇਹ ਹਾਰ ਸ਼ਿੰਗਾਰ ਕਰਕੇ ਪ੍ਰਭੂ ਪਤੀ ਦੇ ਦਰਤੇ ਆਉਂਦੀ ਹੈ ਉਹ ਪਤੀ ਨੂੰ ਪ੍ਰਭੂ ਨੂੰ ਚੰਗੀ ਲੱਗਦੀ ਹੈ ਤੇ ਤਦੋਂ ਹੀ ਜੀਵ ਇਸਤਰੀ ਭਾਗਾ ਵਾਲੀ ਹੈ ਜਦੋਂ ਉਹ ਕੰਤ ਪ੍ਰਭੂ ਨੂੰ ਪਸੰਦ ਆਉਂਦੀ ਹੈ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਉਸ ਪਤੀ ਪ੍ਰਭੂ ਦੀ ਐਨੀ ਅੱਖੀ ਦਿਸਣ ਵਾਲੀ ਕੋਈ ਸ਼ਕਲ ਨਹੀਂ ਹੈ ਉਸ ਦਾ ਕੋਈ ਚਿੰਨ੍ਹ ਵੀ ਨਹੀਂ ਹੈ ਜਿਸ ਨੂੰ ਵੇਖ ਸਕੀਏ ਤੇ ਉਸ ਦਾ ਸਿਮਰਨ ਕਰ ਸਕੀਏ ਪਰ ਜੇ ساری ਉਮਰ ਉਸ ਨੂੰ ਵਿਸਾਰੀ ਹੀ ਰੱਖਿਆ ਤਾਂ ਅੰਤ ਸਮੇ ਉਹ ਮਾਲਕ ਸਿਮਰਿਆ ਨਹੀਂ ਜਾ ਸਕਦਾ ਸੂਰਤ ਮਤ ਨਹੀਂ ਚਤੁਰਾਈ ਕਰ ਕਿਰਪਾ ਪ੍ਰਭ ਲਾਓ ਉਹ ਪਾਈ हे ਪ੍ਰਭ ਮੇਰੀ ਉੱਚੀ ਸੂਰਤ ਨਹੀਂ ਮੇਰੇ ਵਿੱਚ ਕੋਈ ਅਕਲ ਨਹੀਂ ਕੋਈ ਸਿਆਣਪ ਨਹੀਂ ਤੂੰ ਆਪ ਹੀ ਮਿਹਰ ਕਰਕੇ ਮੈਨੂੰ ਆਪਣੀ ਚਰਨੀ ਲਾ ਲੈ ਕਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਉਹ ਜੀਵ ਸਤਰੀ ਦੁਨੀਆ ਦੇ ਕਾਰ ਵਿਹਾਰ ਵਿੱਚ ਭਾਵੇਂ ਬਹੁਤ ਸਿਆਣੀ ਵੀ ਹੋਵੇ ਪਰ ਉਹ ਕੰਤ ਪ੍ਰਭੂ ਨੂੰ ਚੰਗੀ ਨਹੀਂ ਲੱਗਦੀ ਜਿਹੜੀ ਮਾਇਆ ਦੇ ਮੋਹ ਵਿੱਚ ਫਸੀ ਰਹੇ ਪਟਕਣਾ ਵਿੱਚ ਪੈ ਕੇ ਜੀਵਨ ਰਾਹ ਤੋਂ ਖੁੰਝੀ ਰਹੇ ਹਉ ਮੈਂ ਜਾਈ ਤਾ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਏ ਕੰਤ ਪ੍ਰਭੂ ਜਦੋਂ ਹੋਮੇ ਦੂਰ ਹੋਵੇ ਤਦੋਂ ਹੀ ਤੇਰੇ ਚਰਨਾਂ ਵਿੱਚ ਲੀਨਤਾ ਹੋ ਸਕਦੀ ਹੈ ਤਦੋਂ ਹੀ ਏ ਪਿਆਰੇ ਜੀਵ ਇਸਤਰੀ ਤੈਨੂੰ ਨੋ ਖਜ਼ਾਨਿਆਂ ਦੇ ਸੋਮੇ ਨੂੰ ਮਿਲ ਸਕਦੀ ਹੈ ਅਨਿਕ ਜਨਮ ਵਿਚਰਤ ਦੁੱਖ ਪਾਇਆ ਕਰ ਗਹਿ ਲੇ ਹੋ ਪ੍ਰੀਤਮ ਪ੍ਰਭ ਰਾয়া ਤੇਥੋਂ ਵਿਛੜ ਕੇ ਅਨੇਕਾਂ ਜੂਨਾ ਵਿੱਚ ਭਟਕ-ਭਟਕ ਕੇ ਮੈਂ ਦੁੱਖ ਸਹਾਰਿਆ ਹੈ हे प्रभु राए हे प्रीतम होन तो मेरा हाथ फड़ ले पंडित नानक शो है पी होसी जय पावे प्यारा तेरावेसी नानक विनती करता है खसम प्रभु सचमुच मौजूद है सदा ही रहेगा जेडी जीव स्त्री उस नु पौंदी है उस नु अपने नाल मिला लेंडा है पंडित नानक शो है पी होसी ਜੈ ਪਾਵੇ ਪਿਆਰਾ ਤੇਰਾ ਵੇਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ